स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज दी वीडियो पिंड टीमाली दी है। टीमाली पिंड जिहड़ा ये फरीदकोट जिले का पिंड है, तहसील इहनूं कोटकपुरा पैंदी है। जदों आपां फरीदकोट तो आउणा होवे तां मचाकी मल सिंह वाला एक पिंड सन च पैंदा, उदू बाद च टीमाली मेन रोड ही आ जांदा है। तो जे आपां कोटकपुरे वल्लों आउणा तां द्वारियाणा सन दे विच इक पिंड पैंदा है, उदू अगला पिंड टीमाली है। इस पिंड बाई जी होरी घरे पशु रखते हैं शौक वजो, जदों कोई पशु इन्हों को एक अद्धा वध जां हेठों झोटी तैयार हो जाती है तो उदों मझ नूं वेच दिंदे आ। सो अज दी वीडियो दे विच इह जिहड़ी सामने तुसीं मझ देख रहे हैं, ये विकाऊ है, बहुत सोहनी मझ है, चंगे दुध दे रिकॉर्ड वाली है। सारी डिटेल आपां बाई जी होरां तों पुछांगे। वीडियो शुरू करन तों पहलां बेनती, जिन्हां ने मेरे इस चैनल नूं हजे तक सबसक्राइब नहीं कीता तो चैनल नूं जरूर सबसक्राइब कर दिओ। इहदे नाल दोस्तों सानू एनर्जी जी मिलती है, हौसला मिलता भी लोग सानू प्यार करते हैं, नाल जुड़ रहे हैं। हालांकि ये तुहानू सारयां नू मुबारकां भी है, मेरे वल्लों तो तुहाडा धन्नवाद भी है। तुसीं एक साल दे विच दी आपां मैनू लगता भी आपां 1 लाख सबसक्राइबर जिहड़े उह पूरे कर लांगे, एक अद्धे महीने विच दी इन्ने जिहड़े 1 लाख सबसक्राइबर अपने पूरे हो जाणगे। चलो आपां वीडियो शुरू करदे हां ते डिटेल बाई जी होरां तों पुछदे हां इस मझ बारे। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਆਪਣਾ ਨਾਮ ਦੱਸੋ ਇੱਕ ਵਾਰ। ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਹਰਜੀਤ ਸਿੰਘ, ਤੇ ਕਿੰਨਾ ਚਿਰ ਹੋ ਗਿਆ ਬਾਈ ਪਸ਼ੂ ਰੱਖਦੇ ਆਪਾਂ ਨੂੰ? ਵਾਵਾ ਟਾਈਮ ਹੋ ਗਿਆ ਜੀ ਆਪਾਂ ਨੂੰ। ਠੀਕ ਹੈ। ਜਿਹੜੀ ਇਹ ਮੱਝ ਵੇਚਣੀ ਹੈ ਕਿੰਨਵੇਂ ਸੂਏ ਸੋਨੇ ਨੇ? ਇਹ ਤੀਜੇ ਸੂਏ ਸੋਨੇ। ਕਰਦੀ ਹੈ ਕਿ ਮੁੱਲ ਲਈ ਸੀ ਆਪਾਂ? ਕਰਦੀ ਹੈ ਜੀ। ਕਰਦੀ ਮੱਝ ਹੈ, ਠੀਕ ਹੈ। ਤੇ ਦੂਜੇ ਸੂਏ ਸਹੀ ਸਹੀ ਦੁੱਧ ਦਾ ਕੀ ਰਿਕਾਰਡ ਹੈ ਇਹਦਾ? 15 ਕਿਲੋ ਹੁੰਦਾ ਜੀ ਦੂਜੇ ਸੂਏ। ਦੂਜੇ ਸੂਏ 15 ਕਿਲੋ, ਤੇ ਇੱਕ ਇਹ ਦੱਸੋ ਜੀ ਵੀ ਇਹਦਾ ਹੁਣ ਸੂਣ 'ਚ ਕਿੰਨੇ ਦਿਨ ਬਾਕੀ ਹੈ? ਇਹ 6 ਦਿਨ ਰਹਿ ਗਏ। 6 ਦਿਨ ਪੂਰੇ ਹੋਣ 'ਚ ਰਹਿੰਦੇ ਆ, ਠੀਕ ਹੈ। ਤੇ ਇਹਦੇ ਟੀਕਾ ਭਰਾਇਆ ਜਾਂ ਇਹ ਕ੍ਰੋਸ ਕਰਵਾਈ ਵੀ ਹੈ? ਟੀਕਾ ਭਰਾਇਆ ਜੀ। ਟੀਕੇ ਦਾ ਰਿਕਾਰਡ ਪਤਾ ਹੋਵੇ? ਨਹੀਂ। ਠੀਕ ਹੈ, ਤੇ ਇਹਦਾ ਰੇਟ ਵੀ ਪਹਿਲਾਂ ਦੱਸ ਹੀ ਦਿਓ, ਫਿਰ ਤੋਰ ਕੇ ਦਿਖਾਵਾਂਗੇ। ਮੁੱਲ 1-10 ਕਰਦੇ ਆ ਜੀ ਇਹਦਾ। 1,10,000 ਵਿੱਚੋਂ ਕੁਛ ਥੋੜਾ ਬਹੁਤ ਮਾਨ ਤਾਨ ਹੋਊਗਾ ਨਾ? ਕਰ ਦਿਆਂਗੇ ਜੀ। ਠੀਕ ਹੈ। ਕਿਸਾਨ ਵੀਰੋ, ਤੀਜੇ ਸੂਏ ਸੋਨਾ ਹੈ, ਮੂੰਹ ਮੱਥਾ ਤੁਸੀਂ ਦੇਖ ਸਕਦੇ ਆ। ਹਾਲਾਂਕਿ ਜਿਹੜਾ ਪਹਿਲੀਆਂ ਵੀਡੀਓ 'ਚ ਵੀ ਤੁਸੀਂ ਦੇਖਿਆ ਹੋਣਾ, ਜਿਹੜੇ ਆਮ ਫਾਰਮਰ ਵੀਰ ਆ ਘਰਾਂ 'ਚ ਪਸ਼ੂ ਰੱਖਦੇ, ਉਹ ਸਿੰਗ ਜਿਹੜੇ ਬਣਵਾਉਂਦੇ ਨੀਗੇ। ਜੇ ਇਹੀ ਸਿੰਗ ਕਿਸੇ ਕਾਰੀਗਰ ਤੋਂ ਇੱਕ ਵਾਰ ਸਾਫ਼ ਕਰਵਾਏ ਜਾਣ ਤਾਂ ਸਿੰਗਾਂ ਦੀ ਸ਼ੇਪ ਹੋਰ ਤਰ੍ਹਾਂ ਦੀ ਲੱਗੇ। ਹਾਲਾਂਕਿ ਸੋਹਣਾ ਸਿੰਗ ਆ, ਮੁੜਿਆ ਹੋਇਆ ਕੁੰਡਾ ਸਿੰਗ ਹੈ, ਥੋੜ੍ਹਾ ਜਿਹਾ ਖੁੱਲ੍ਹਾ ਜ਼ਰੂਰ ਆ ਪਰ ਉਹ ਜੱਚਦਾ ਹੈ। ਅਤੇ ਥਣਲੇਵਾ ਇਸ ਮੱਝ ਦਾ ਜਿਹੜਾ ਹੈਗਾ ਉਹ ਬਹੁਤ ਹੀ ਜ਼ਿਆਦਾ ਸੋਹਣਾ, ਥੋੜ੍ਹਾ ਜਿਹਾ ਡਰਦੀ ਜ਼ਿਆਦਾ ਕਿਉਂਕਿ ਬਾਈ ਕੋਲ ਕੋਈ ਓਪਰਾ ਬੰਦਾ ਆਉਂਦਾ ਨੀਗਾ। ਤੁਸੀਂ ਥਣਾਂ ਦੀ ਵਿੱਥੀ ਦੇਖ ਸਕਦੇ ਹਾਂ, ਸ਼ੇਪ ਦੇਖ ਸਕਦੇ ਹਾਂ ਵੀ ਪਰਲੇ ਥਣ ਤੁਹਾਨੂੰ ਦਿਸਣਗੇ ਨਹੀਂ, ਜਦੋਂ ਤੁਸੀਂ ਉਰਲੇ ਥਣ ਦੇਖੋਗੇ ਤੁਹਾਨੂੰ ਐਂ ਲੱਗੂਗਾ ਵੀ ਦੋ ਹੀ ਥਣ ਹੈ, ਕਿਉਂਕਿ ਇਹਦੇ ਬਿਲਕੁਲ ਬਰਾਬਰ ਦੇ ਥਣ ਹੈ। ਜਿਹੜੀ ਦੁੱਧ ਵਾਲੀ ਨਸ ਆਉਂਦੀ ਹੈ, ਨਾੜ ਆਉਂਦੀ ਹੈ, ਉਹ ਵੀ ਤੁਸੀਂ ਦੇਖ ਸਕਦੇ ਹਾਂ, ਜਿਹਨੂੰ ਆਪਾਂ ਮਿਲਕ ਵੀਨ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ, ਉਹ ਵੀ ਬਹੁਤ ਵਧੀਆ ਇਹਦੇ ਹਵਾਨੇ ਨੂੰ ਆਉਂਦੀ ਹੈ। ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ, ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਡਰਦੀ ਬਹੁਤ ਜ਼ਿਆਦਾ ਹੈ, ਤੋੜ ਕੇ ਦਿਖਾਉਣਾ ਥੋੜ੍ਹਾ ਔਖਾ ਹੈ। ਪੈਟ ਪੁੜਾ ਬਹੁਤ ਸੋਹਣਾ ਮੱਝ ਦਾ ਹੈ, ਹਵਾਨਾ ਤੁਸੀਂ ਦੇਖ ਸਕਦੇ ਹਾਂ। ਜੇ 6 ਦਿਨ ਦੋਸਤੋ ਸੂਨ 'ਚ ਬਾਕੀ ਹੈ, ਮਿਲਕ ਵੇਨ ਤੁਸੀਂ ਦੂਜੀ ਸਾਈਡ ਤੋਂ ਵੀ ਦੇਖ ਸਕਦੇ ਹਾਂ, ਥਣ ਬਿਲਕੁਲ ਇੱਕੋ ਜਿਹੇ ਅਤੇ ਬਹੁਤ ਵਿੱਥੀ ਦੇ ਉੱਤੇ। ਅਤੇ ਜਿਹੜਾ ਇਹਦਾ ਹਵਾਨਾ ਦੋਸਤੋ ਉਹ ਵੀ ਬਹੁਤ ਜ਼ਿਆਦਾ ਤਕੜਾ ਹੈ, ਡਰਦੀ ਥੋੜ੍ਹਾ ਜਿਹਾ ਜ਼ਿਆਦਾ ਹੈ। ठीक है दोस्तों, ये मझ थोनू तोर के भी दिखाती है, थोड़ा डरती सी वो करके थोनू पहले ही दस्या सीगा भी जे कोई पशु ना डरदा होवे तो उहदी वीडियो बनाउण लग्या बहुत सौखा हो जांदा, पर कई पशु जिहड़े उपरे बंदे तो जां जिवें अपने AI वर्कर जां कोई डाक्टर कई वार आउंदे रहिंदे उहदे करके थोड़ा पशु डरदे रहिंदे आ। बहुत सोहनी मझ आ, चंगे दुध दे रिकॉर्ड वाली है, बाकी इहदे जिहड़ी शरीरक बनतर उह वी दसदी है वी इह दुध देऊगी। ते मेन गल जिहड़ी है दुध वाले पशु दा हवाना हुंदा उह तुसीं देख ही लिया, थण ते हवाना बहुत सोहना लगा होया, मोटा दुध वाला थण है इहदे। ते इह मझ जिहड़ी विकाऊ है, रेट पहले ही दस्सिया 1,10,000 है। जे किसी वीर दे पसंद आउंदी है ਤਾਂ ਜਿਹੜਾ ਮੋਬਾਈਲ ਨੰਬਰ ਆ ਬਾਈ ਜੀ ਹੋਰਾਂ ਦਾ ਸਕਰੀਨ 'ਤੇ ਚੱਲ ਰਿਹਾ, ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹਾਂ ਦੋਸਤੋ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ, ਮੱਝ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।